ਸਵਾਗਤ ਆ ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਅੱਜ ਆਪਾਂ ਬਣਾਵਾਂਗੇ ਮਾਂਹ ਛੋਲਿਆਂ ਦੀ ਦਾਲ। ਆਪਾਂ ਮਾਂਹਾਂ ਦੀ ਦਾਲ ਲਈ ਹੈ ਅਤੇ ਨਾਲ ਲਈ ਛੋਲਿਆਂ ਦੀ। 200 ਗ੍ਰਾਮ ਦਾਲ ਹੋਊਗੀ, ਦੋਨੇ ਦਾਲਾਂ ਇੰਨੀਆਂ ਕੀ ਹੋਣਗੀਆਂ, 250 ਗ੍ਰਾਮ ਹੋਊਗੀ। ਅਤੇ ਆਪਾਂ ਬਣਾਵਾਂਗੇ ਇਹ ਤੌਲੀ ਦੇ ਵਿੱਚ, ਬਿਕਨੇਰੀ ਤੌਲੀ ਆ ਇਹ, ਇਹਦੇ ਵਿੱਚ ਦਾਲ ਬਣਾਵਾਂਗੇ ਅਸੀਂ। ਦਾਲ ਸ਼ੁਰੂ ਤੋਂ ਤੌਲੀ ਦੇ ਵਿੱਚ ਹੀ ਖਾਣੇ ਨੂੰ ਬਣਾ ਕੇ, ਅੱਗੇ ਹਾਰੇ ਵਿੱਚ ਧਰ ਦਿੰਦੇ ਸੀਗੇ, ਹੁਣ ਇੱਥੇ ਗੈਸ ਚੁੱਲ੍ਹੇ 'ਤੇ ਬਣਾਵਾਂਗੇ ਅਤੇ ਤੌਲੀ ਦਾਲ ਬਣਾਉਣੇ ਅਤੇ ਵਿਖਾਉਂਦੇ ਹਾਂ। ਤੌਲੀ ਆਪਾਂ ਧਰ ਦਿੱਤੀ ਆ ਅਤੇ ਜਦੋਂ ਪਾਣੀ ਨੂੰ ਉਬਾਲਾ ਆ ਗਿਆ ਨਾ, ਅਤੇ ਫਿਰ ਦਾਲ ਧੋ ਕੇ ਅਤੇ ਫਿਰ ਦਾਲ ਪਾਵਾਂਗੇ ਇਹਦੇ ਵਿੱਚ। ਉਬਾਲਾ ਵਰਗਾ ਹੋ ਗਿਆ ਅਤੇ ਹੁਣ ਆਪਾਂ ਇਹ 'ਚ ਪਾ ਦਾਂਗੇ ਦਾਲ। ਬੰਦ ਕਰਕੇ ਰਿੰਨਾਂਗੇ ਹੁਣ ਆਪਾਂ ਹੁਣ ਦਾਲ ਨੂੰ, ਫਿਰ ਪਾਉਂਦੇ ਹਾਂ। ਦਾਲ ਆਪਣੀ ਰਿੱਝ ਜਾਂਦੀ ਆ, ਦਾਲ ਫਟ ਗਈ ਆ ਅਤੇ ਆਪਾਂ ਨੂੰ ਹਜੇ ਹੋਰ ਰਿੰਨਾਂਗੇ ਮੱਠੇ ਮੱਠੇ ਸੇਕ ਅਤੇ ਹੈਨ ਜਮਾ ਜਿੰਨਾ ਜੇ ਆਪਦੇ ਆਪ ਭੁੱਲਦੀ ਨਾ ਇਹ ਰਿੱਝ ਰਿੱਝ ਕੇ, ਉਹਨਾਂ 'ਚ ਨਿਹਾ ਇਹਨੂੰ ਬੰਦ ਕਰ ਲਈ। ਦਾਲ ਆਪਣੀ ਰਿੱਝ ਗਈ ਆ ਅਤੇ ਆਪਾਂ ਇਹ ਉਹ ਹੀ ਮੱਠੇ ਮੱਠੇ ਸੇਕ ਅਤੇ ਰਿੰਨ ਕੇ ਐਂ ਬਣਾਈ ਆ ਅਸੀਂ ਇਹਨੂੰ ਕੜਛੀ ਦੇ ਨਾਲ ਹੀ, ਇਹਨੂੰ ਘੋਟਿਆ ਘਾਟਿਆ ਨਹੀਂ ਹੈਗਾ ਮੱਧਰੀ ਦੇ ਨਾਲ, ਅਸੀਂ ਐਂ ਦਾਲ ਬਣਾਉਣੀ। ਤੁਸੀਂ ਵੀ ਤੌੜੀ ਵਿੱਚ ਐਂ ਦਾਲ ਬਣਾਇਆ ਕਰੋ, ਤੌੜੀ ਦਾਲ ਖਾ ਕੇ ਵੇਖਿਓ, ਉਂਗਲਾਂ ਛੱਡ ਬੰਦਾ ਕੋਲੀ ਵੀ ਚੱਟ ਜੂਗਾ। ਅਤੇ ਆਪਾਂ ਲੱਗੇ ਹਾਂ ਤੜਕਾ ਲਾਉਣ ਦਾਲ ਨੂੰ ਹੁਣ, ਅਤੇ ਆਪਾਂ ਲਾਵਾਂਗੇ ਸਰੋਂ ਦੇ ਤੇਲ ਦਾ ਤੜਕਾ, ਅਸੀਂ ਵਰਤਦੇ ਹਾਂ ਸਰੋਂ ਦਾ ਤੇਲ। 2 ਚਮਚ ਵੱਡੇ ਪਾਵਾਂਗੇ, ਜਿੰਨੀ ਸਾਡੀ ਦਾਲ ਆ ਦਾਲ ਦੇ ਹਿਸਾਬ ਨਾਲ ਪਾਵਾਂਗੇ। ਸਾਬਤਾ ਹੀ ਸਾਬਤਾ ਸਵਾਦ ਲੱਗਦਾ ਹੁੰਦਾ, ਇੰਨੀਆਂ ਕੁ ਆਪਾਂ ਕਾਲੀਆਂ ਮਿਰਚਾਂ ਵਾ, ਅਸੀਂ ਉਹ ਤਾਲੀਆਂ ਪੀਸ ਕੇ ਪਾਉਂਦੇ ਹੁੰਦੇ ਇਹ ਅਦਕ ਅਤੇ ਹਰੀ ਮਿਰਚ। ਜਦੋਂ ਥੋੜ੍ਹਾ ਕੁ ਸੇਕ ਜਿਹਾ ਲੱਗ ਗਿਆ ਮਾੜਾ, ਫਿਰ ਆਪਾਂ ਨਾਲ ਹੀ ਟਮਾਟਰ ਪਾ ਦਿੰਦੇ ਹਾਂ। ਆਪਾਂ ਮਲਾਈ ਦਾਲ ਬਣਾਵਾਂਗੇ, ਮਲਾਈ ਪਾਵਾਂਗੇ ਇਹਦੇ ਵਿੱਚ, ਘਿਓ ਛੱਡ ਕੇ ਜਦੋਂ ਇਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਲਾਵਾਂਗੇ ਸੰਘਣੀ, ਥੋੜ੍ਹਾ ਜਿਹਾ ਪਾਣੀ ਫੇਰ ਕੇ ਪਾਵਾਂਗੇ ਇਹਦੇ, ਥੋੜ੍ਹਾ ਗਰਮ ਕਰਕੇ ਪਾਣੀ ਪਾਵਾਂਗੇ।
ਕਿ ਦਾਲ ਹੋ ਗਈ ਤਿਆਰ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਲਾਈ। ਦਾਲ ਉਹਨੀ ਖਾਣ ਦੇ ਵਿੱਚ ਉਹਨੀ ਜ਼ਿਆਦਾ ਸਵਾਦ ਹੋ ਗਈ ਬਣੀ ਇਹ ਪਤਾ। ਹੁਣ ਆਪਾਂ ਇਹਦੇ 'ਚ ਪਾ ਦੇਣੀ ਆ ਮਲਾਈ। ਅਤੇ ਰਾਈ ਸਾਡੇ ਕੋਲ ਧਨੀਆ ਹੈ ਨਹੀਂ ਸੀਗਾ। ਦਾਲ ਪਾਵਾਂਗੇ, ਮਲਾਈ ਪਾਵਾਂਗੇ ਥੋੜ੍ਹੇ ਦਿਨ ਦੇ ਨਾਲ। ਕਰੀਮ ਵੀ ਬਣਾ ਦਿੱਤੀ, ਜਿਵੇਂ ਕਰੀਮ ਹੁੰਦੀ ਹੈ ਕਰੀਮ ਵੀ ਬਣ ਗਈ ਇੱਕ ਕਿਸਮ ਦੀ। ਹੋਟਲ ਤੋਂ ਇੰਨੀ ਦਾਲ ਮੰਗਾਓਗੇ, ਇੰਨੀ ਦਾਲ ਹੀ 200 ਰੁਪਏ ਹੀ ਦੇਣੀ ਹੈ ਉਹਨਾਂ ਨੇ। ਉਹਦੇ ਵਿੱਚ ਨਾ ਦੋ ਤਿੰਨ ਜੀ ਰੋਟੀ ਖਾ ਸਕਣ, ਘਰੇ ਬਣਾਓ, ਘਰ ਦੀ ਬਣਾ ਕੇ ਵਧੀਆ ਸਾਫ਼ ਸੁਥਰੀ ਖਾਓ। ਤਿਆਰ ਹੋ ਗਈ ਆ, ਕਿੰਨਾ ਸੋਹਣਾ ਕਲਰ ਆਇਆ ਦਾਲ ਦਾ। ਮਾਂਹ ਛੋਲਿਆਂ ਦੀ ਦਾਲ ਸੀ ਇਹ, ਅਤੇ ਹਾਂਡੀ ਦੇ ਵਿੱਚ ਬਣਾਈ ਤੌੜੀ ਦੇ ਵਿੱਚ। ਅਤੇ ਤੁਸੀਂ ਵੀ ਤੌੜੀ 'ਚ ਬਣਾਇਆ ਕਰੋ, ਕੁੱਕਰਾਂ ਦੀ ਚੀਜ਼ ਨਾ ਖਾਇਆ ਕਰੋ, ਘੱਟ ਤੋਂ ਘੱਟ ਜਿੰਨਾ ਵੀ ਕਰ ਸਕਦੇ ਓਨਾ ਹੀ ਧਿਆਨ ਰੱਖੋ ਆਪਦਾ। ਅਤੇ ਘਰ ਦੇ ਵਿੱਚ ਸਾਫ਼ ਸੁਥਰੀ ਬਣਾਓ ਚੀਜ਼, ਅਤੇ ਸਾਫ਼ ਸੁਥਰੀ ਘਰੇ ਬਣਾ ਕੇ ਖਾਓ। ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਗਾਹ ਹੋਰ ਕਿਹੜੀ ਚੀਜ਼ ਨਵੀਂ ਲੈ ਕੇ ਆਈਏ। ਅਤੇ ਮਿਲਦੇ ਹਾਂ ਫਿਰ ਇੱਕ ਨਵੀਂ ਵੀਡੀਓ ਦੇ ਵਿੱਚ। ਧੰਨਵਾਦ।